ਉਹ ਮੈਂ ਮੈਂ ਸਾਈ ਵੱਲੋਂ ਨਵਾਂ ਸ਼ਿਫਟ ਹੋਇਆ ਇੱਥੇ ਤੇ ਮੇਰਾ ਨਾਮ ਆ ਇੰਸਪੈਕਟਰ ਭੋਲਾ ਉਹ ਪਾਣੀ ਰੋੜ ਲਾ ਜ਼ਰਾ ਇੱਕ ਮਿੰਟ ਰੋੜ ਗਈ ਉਹ ਪਰਲੀ ਲੈਟਰੀਨ ਚ ਨਾ ਜਾਈ ਭਰੀ ਪਈ ਹੋ ਆਹੋ ਉਹ ਤੂੰ ਆਇਆ ਕਿੱਥੋਂ ਜ਼ਰਾ ਤੂੰ ਮੈਨੂੰ ਆਪਣੀ ਫਾਈਲ ਤਾਂ ਚੈੱਕ ਕਰਾ ਹੈਲੋ ਅੱਛਾ ਚੌਧਰੀ ਇਹ ਦੱਸ ਕਿਹੜੇ ਸ਼ਹਿਰੋਂ ਆਇਆ ਮੈਂ ਜੀ ਮੈਂ ਸਾਈ ਵਾਲੋ ਜੀ ਉਹ ਪਿਓ ਦਾ ਕੀ ਨਾਂ ਜੀ ਗਾਮਾ ਝੁੱਗੀਆਂ ਵਾਲਾ ਉਹ ਭਰਾ ਕਿੰਨੇ ਆ ਇੱਕੋ ਚਵਲ ਵੱਜੀ ਜੀ ਓਏ ਤੂੰ ਤਾਂ 140 ਡਾਕੂ ਵੀ ਫੜੇ ਆ ਇਹ ਜੇ ਵਿੱਚ ਲਿਖਿਆ ਤਾਂ ਫੇਰ ਫੜੇ ਹੋਣੇ ਭੋਲੇ ਨੇ ਉਹ ਤੂੰ ਡਾਕੂ ਫੜੇ ਤੈਨੂੰ ਯਾਦ ਨਹੀਂ ਨਹੀਂ ਇਹ ਜਿਹੜੇ ਵਾਲ ਆਏ ਤੁਸੀਂ ਜਿੱਤੇ ਆ ਕਿ ਚੋਰੀ ਚੁੱਕੇ ਆ ਓਏ ਜੁਗਤਾ ਮਾਰਦਾ ਹੋਰ ਥੱਪੜ ਮਾਰਾਂ ਓਏ ਮੇਰੇ ਨਾਲ ਬਦਤਮੀਜ਼ੀ ਕਰਦਾ ਮੈਂ ਤੈਨੂੰ ਦਫ਼ਤਰੋਂ ਕੱਢ ਦਊਂ ਆ ਮਿਰਜ਼ੇ ਓਏ ਜੀ ਸਰ ਉਹ ਤੁਸੀਂ ਉਹਨੂੰ ਕੋ ਬੁਲਾਉਂਦੇ ਜੇ ਮੈਂ ਤੁਹਾਨੂੰ ਦੱਸਣ ਲਿਆ ਕਿ ਮੈਂ ਤੁਹਾਡੇ ਇਸ ਡਿਪਾਰਟਮੈਂਟ ਦੇ ਵਿੱਚ ਬਿਲਕੁਲ ਨਵਾਂ ਆਇਆ ਵਾਂ ਤੂੰ ਚੁੱਪ ਕਰਕੇ ਖਲੋਤਾ ਰਹਾ ਓਏ ਉਹਨੂੰ ਕੋਈ ਨਹੀਂ ਬੁਲਾਉਣ ਦਿੰਦਾ ਉਹ ਤੇਰਾ ਬਹਿਣ ਭਈਆ ਲੱਗਦਾ ਵਾ ਹੈ ਹੋਰ ਜੇ ਤੂੰ ਇਸ ਥਾਣੇ 'ਚ ਰਹਿਣਾ ਤੇ ਬੰਦੇ ਦੇ ਪੁੱਤਾਂ ਨੂੰ ਰਹਿਣਾ ਸਮਝ ਲੱਗੀ ਤਾਂ ਮੇਰੇ ਅੱਗੇ ਨਹੀਂ ਬੋਲਣਾ ਸਰ ਤੁਸੀਂ ਮੈਨੂੰ ਆਵਾਜ਼ ਦੇ ਕੇ ਬੁਲਾਇਆ ਸੀ ਦਾ ਬੰਦਾ ਸਾਡੇ ਥਾਣੇ 'ਚ ਨਵਾਂ ਆਇਆ ਵਾ ਤੇ ਅੱਜ ਤੋਂ ਬਾਅਦ ਤੇਰੇ ਨਾਲ ਕੰਮ ਕਰੂ ਚੱਲੇਗਾ ਆ ਪਹਿਲਾਂ ਸਪਾਹੀ ਦੇਖਿਆ ਜਿਹਦੀ ਆਪਣੀ ਸ਼ਕਲ ਚੋਰਾਂ ਵਰਗੀ ਹੈ ਨਾ ਤੁਸੀਂ ਕਹਿ ਸਕਦੇ ਸਰ ਕਿਉਂ ਮਿਰਜ਼ਾ ਤੇ ਤੇਰੀ ਫਾਈਲ ਮੇਰੇ ਕੋਲ ਆ ਮੈਂ ਜ਼ਰਾ ਪੜ ਲਵਾਂ ਆ ਭੋਲੇ ਪਹਿਲੇ ਇਹ ਯਤੀਮਖਾਨਾ ਹੁੰਦਾ ਸੀ ਉਸ ਕਮਰੇ 'ਚ ਪੂਰੇ ਪਾਗਲ ਤੇ ਉਸ ਕਮਰੇ 'ਚ ਅੱਧੇ ਪਾਗਲ ਹੁੰਦੇ ਸੀ ਤੇਰੇ ਵਰਗੇ ਮੈਂ ਚਰਸ ਨਹੀਂ ਪੀਂਦਾ ਗੁੱਸਾ ਨਾ ਕਰ ਮਜ਼ਾਕ ਕੀਤਾ ਸੀ ਐ ਮੇਰੀ ਸੀਟਾ ਭੋਲੇ ਅੱਛਾ ਇੱਥੇ ਗੰਦ ਪਾਉਣਾ ਤੂੰ ਆਹੋ ਹੁਣ ਇੱਧਰ ਵੇਖ ਲੈ ਉੱਤੇ ਵੇਖੀ ਜਾਂਦਾ ਉੱਤੇ ਕੀ ਲੈਂਟਰ ਕੱਚਾ ਪਿਆ ਵਾ ਓਏ ਕੰਨਾਂ ਦੇ ਹੋਲੇ ਇੱਧਰ ਵੇਖ ਉਹ ਲੈਟਰੀਨ ਦਾ ਰਾਹ ਹੀ ਪਤਾ ਵਾ ਉਹ ਮਿਰਜ਼ਾ ਹਾਂਜੀ ਸਰ ਉਹ ਬਸ ਕਰੋ ਡਾਇਰੈਕਸ਼ਨ ਹੁਣ ਆ ਭੋਲੇ ਉਹ ਕਿੱਥੇ ਤੇਰੀ ਫੁੱਫੀ ਹਾਲ ਹੋਰ ਕਿੱਥੇ ਚੱਲ ਉਹ ਯਾਰ ਅਜੇ ਤਾਂ ਮੈਂ ਆਇਆ ਹੀ ਆ ਤੇ ਵਾਪਸ ਛੱਡ ਆਉਣਾ ਨਹੀਂ 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 ਮੈਨੂੰ ਕੁਝ ਖਾਣ ਪੀਣ ਦੇ ਆਰਾਮ ਕਰਨ ਦੇ ਮੇਰੇ ਕੁਝ ਅੰਦਰ ਜਾਣ ਦੇ ਖਵਾ ਦੇ ਨਾ ਪਤਾ ਲੱਗੇ ਮੈਂ ਬਾਹਰ ਜਾ ਕੇ ਚੋਰ ਫੜਨਾ ਵਾ ਚਲਾ ਫਿਰ ਤੈਨੂੰ ਪਹਿਲੇ ਰੋਟੀ ਖਵਾਵਾਂ ਯਾਰ ਕੋਈ ਆਪਣੇ ਬਾਰੇ ਹੀ ਦੱਸ ਮਿਰਜ਼ਾ ਸਾਹਿਬ ਆਪਣੇ ਬਾਰੇ ਕੀ ਦੱਸਾਂ ਚੋਰਾਂ ਦੇ ਬਾਰੇ ਸੁਣੋ ਮੇਰੇ ਕੋਲੋਂ ਕੀ ਮੈਂ ਚੋਰਾਂ ਦੀ ਸਾਰੀ ਹਿਸਟਰੀ ਨੂੰ ਜਾਣਦਾ ਤੀਸਰੀ ਮੰਜ਼ਲ ਤੇ ਜਾ ਕੇ ਸ਼ੈਲ ਘਾ ਆਉਂਦੇ ਆ ਉਹਨਾਂ ਨੂੰ ਕੋਈ ਹੋਰ ਜਗ੍ਹਾ ਨਹੀਂ ਲੱਭਦੀ ਤੇ ਉਹ ਚੀਜ਼ ਲੈਣ ਵਾਸਤੇ ਪੁਲਿਸ ਵਾਲੇ ਵੀ ਬਣ ਜਾਂਦੇ ਆ ਬੜੇ ਬਗਾਰਤ ਹੁੰਦੇ ਆ ਆਪਣਾ ਚੱਲ ਪਿੱਛੇ ਬਹਿ ਜਾ ਕਿਉਂ ਤੇ ਅੱਗੇ ਆ ਜਾਂਦੇ ਆ ਤਿਆਰ ਹੋ ਜਾਓ ਭੋਲਾ ਜੀ ਪਹਿਲਾਂ ਕੇਸ ਹੈ ਤੁਹਾਡਾ ਇੱਕ ਕੰਪਲੇਨ ਆਈ ਹੈ ਸਾਨੂੰ ਟਾਇਰਾਂ ਵਾਲੀ ਦੁਕਾਨ ਤੋਂ